ਲੈ ਵੀ ਅੱਜ ਤੁਹਾਨੂੰ ਅਸੀਂ ਮਿਲਾਣੇ ਜਾ ਰਹੇ ਨਾ ਆਪਣੀ ਫਰਮ ਦੇ ਸਭ ਤੋਂ ਪੁਰਾਣੇ ਡਰਾਈਵਰ ਜਿਹੜਾ 2015 'ਚ ਆਏ ਸੀ ਸਾਡੇ ਕੋਲ ਟਰੱਕਾਂ ਦੇ ਪਰ ਆਪਣੀ ਫਰਮ 'ਚ ਤਾਂ 2015 'ਚ ਆਏ ਤੇ ਪਰ ਬਾਬੇ ਨੂੰ ਡਰਾਈਵਰੀ ਕਰਦੇ ਬੜੇ ਸਾਲ ਹੋ ਗਏ ਨਾ ਬਾਬਾ ਸੁਣਾ ਫਿਰ ਕਦੋਂ ਕੰਮ ਸਟਾਰਟ ਕੀਤਾ ਡਰਾਈਵਰੀ ਦਾ ਡਰਾਈਵਰੀ ਦਾ ਮੈਂ 1979 'ਚ ਸਟਾਰਟ ਕੀਤਾ ਮੇਰਠ ਦੇ ਵਿੱਚ ਉਹ ਤੋਂ ਪਹਿਲੇ ਮੈਂ ਕਨੈਕਟਰ ਰਿਹਾ ਕਾਫੀ ਚਿਰ ਕਿੰਨੇ ਸਾਲ 'ਚ ਡਰਾਈਵਰ ਥਕਦਾ ਨਾ ਗੱਡੀ ਥਕਦੀ ਉਸ ਜਮਾਨੇ ਦੇ ਵਿਚ ਇੱਕ ਵਾਰੀ ਟਾਇਰ ਪੰਜਰਾਂ ਦੇ 6 ਵਾਰੀ ਟਾਇਰ ਖੋਲਣੇ ਪੈਂਦੇ ਸੀ ਹਰ 10 ਕਿਲੋਮੀਟਰ ਨੂੰ ਪਾਣੀ ਪਾਉਣਾ ਪੈਂਦਾ ਸੀ ਉਹਨਾਂ ਚ ਇੰਨਾ ਪਾਵਰ ਨਹੀਂ ਤੇ ਨਾ ਇੰਨਾ ਉਹ ਲੋਡ ਹੀ ਚੁੱਕ ਜਾਂਦੀਆਂ ਵੱਧ ਤੋਂ ਵੱਧ 15-16 ਟਨ ਅੱਜ ਕੱਲ ਦੀ ਗੱਡੀਆਂ ਇਹੋ ਜਿਹੀ ਟਾਟਾ ਮੋਟਰ ਨੇ ਲੇਲੈਂਡ ਕੰਪਨੀ ਬਣਾ ਤੁਸੀਂ 100 ਟਨ ਪਾ ਲਓ ਗੱਡੀ ਤਾਂ ਵੀ ਨੀ ਪਰਵਾਹ ਕਰਦੀ ਤਾਂ ਵੀ ਜਿੱਥੇ ਮਰੀ ਇਹਨਾਂ ਨੂੰ ਚਾਰ ਨੂੰ ਚੜ ਜਾਂਦੀ ਹੈ ਤੇ ਮੈਨੂੰ ਗੱਲ ਦੱਸੋ ਪਹਿਲਾ ਜਮਾਨਾ ਸੀ ਠੀਕ ਸੀ ਜਾਂ ਅੱਜ ਦਾ ਠੀਕ ਹੈ ਉਹ ਡਰਾਈਵਰਾਂ ਵਾਸਤੇ ਉਹ ਵੀ ਠੀਕ ਸੀ ਤੇ ਇਹ ਵੀ ਠੀਕ ਹੈ ਉਸ ਟਾਈਮ ਸਾਨੂੰ 15 ਰੁਪਏ ਕਨੈਕਟਰੀ ਦਾ ਤਨਖਾਹ ਮਿਲਦਾ ਸੀ ਤੇ 2.5 ਰੁਪਏ ਖੁਰਾਕ ਹੀ ਮਿਲਦਾ ਸੀ ਦੇਖ ਲੋ ਬਾਈ 15 ਰੁਪਏ ਕਨੈਕਟਰੀ ਤੇ ਕੀਤਾ ਬੰਦੇ ਨੇ ਕੰਮ ਠੀਕ ਹੈ ਤੇ ਅੱਜ 15 ਰੁਪਏ ਦਾ ਕੱਪ ਚਾਹ ਮਿਲਦਾ ਹੈ ਉਹ ਵੀ ਕਿਨਾਰਾ ਇਹ ਨਾਦੀ ਗੁੱਟ ਆਦੀ ਗੁੱਟ ਨਾ ਉਹ ਪੀਣ ਚੋਗੇ ਤੇ ਨਾ ਉਹਨੂੰ ਛੱਡ ਜੋ ਤੇ ਬਾਬੇ ਨੂੰ ਭਾਸ਼ਾ ਆਉਂਦੀਆਂ ਕਈ ਭਾਸ਼ਾ ਆਉਂਦੀ ਮੈਨੂੰ ਕਈ ਭਾਸ਼ਾ ਆਉਂਦੀਆਂ ਜਿਸ ਤਰ੍ਹਾਂ ਕਿ ਹਰਿਆਣੀ ਬੋਲਦੇ ਹਰਿਆਣੇ ਕਾ ਜਬ ਹਮ ਹਰਿਆਣੇ ਮੇ ਜਾਵੇ ਹੈ ਤੇ ਰੋਟੀ ਪਾਣੀ ਖਾ ਪੈ ਜਾਟ ਲੋਕ ਗੁੱਜਰ ਲੋਕ ਸਭੀ ਭਾਈ ਇੱਕ ਜਗ੍ਹਾ ਪਰ ਹੋਕਾ ਵੀ ਪੀਤੇ ਹੈ ਸਿਗਰਟ ਵੀ ਪੀਤੇ ਬੰਗਾਲੀ ਬੋਲਦੇ ਬੰਗਾਲੀ ਅਮੀ ਕੋਲਕਾਤਾ ਜਾਵੇ ਉਖਾਨੇ ਮਾਛ ਭਾਤ ਖਾਚੀ ਭਾਲੋ ਥਾਕਚੀ ਉਖਾਨੇ ਭਦਰੋ ਲੋਗ ਆਚੇ ਲਾ ਭਾਈ ਭਦਰੋ ਲੋਗ ਆਚੇ ਬਿਲਕੁਲ ਬਿਲਕੁਲ ਇਹ ਸਭ ਭਾਈ ਸਭ ਤੋਂ ਪੁਰਾਣੇ ਡਰਾਈਵਰ 1979 ਦਾ ਲਾਇਸੈਂਸ ਹੈ ਤੇ ਉਸ ਤੋਂ ਪਹਿਲੇ ਦਾ ਮਤਲਬ ਗੱਡੀਆਂ ਨਾਲ ਟੱਕੇ ਖਾ ਰਿਹਾ ਤੇ ਚਲੋ ਜੀ ਕਿੱਦਾਂ ਲੱਗਾ ਬਾਬੇ ਦਾ ਤੇ ਸਾਰੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ।